ਜੇ ਦਾਜ ਲੈਣਾ ਪਾਪ ਆ ਤਾਂ ਕੋਠੀਆਕਾਰਾਂ ਜ਼ਮੀਨਾਂ ਦੇ ਰਿਸ਼ਤੇ ਦੇਖ ਕੇ ਵਿਆਹ ਕਰਨਾ ਵੀ ਪਾਪ ਆ ਤੁਸੀਂ ਆਪਣੀ ਧੀ ਲਈ ਜਰੂਰ ਵਧੀਆ ਰਿਸ਼ਤਾ ਲੱਭਦੇ ਹੋਵੋਗੇ ਹਰੇਕ ਲੱਭ ਦਾ ਕੀ ਅਸੀਂ ਵਧੀਆ ਰਿਸ਼ਤੇਦਾਰ ਲੱਭੀਏ ਪੈਸੇ ਵਾਲਾ ਮੁੰਡਾ ਲੱਭੀਏ ਕੋਠੀਕਾਰ ਵਾਲਾ ਲੱਭੀਏ ਜ਼ਮੀਨਾਂ ਵਾਲਾ ਲੱਭੀਏ ਤੇ ਜਦੋਂ ਉਹ ਫਿਰ ਕੋਈ ਦਾਜ ਮੰਗਦੇ ਨੇ ਫਿਰ ਉਦੋਂ ਤੁਸੀਂ ਰੋਂਦੇ ਹੋ ਠੀਕ ਆ ਤੁਸੀਂ ਕਹਿੰਦੇ ਹੋ ਕਿ ਦਾਜ ਮੰਗਦਾ ਸਾਡੇ ਨਾਲ ਧੱਕਾ ਕਰਦਾ ਸੋ ਫਾਹਦ ਆਡੀਆਂ ਚੱਕ ਕੇ ਤੁਸੀਂ ਲੈਨੇ ਹੋ ਠੀਕ ਆ ਫਾਹਦ ਆਡੀਆਂ ਚੱਕ ਕੇ ਤੁਸੀਂ ਲੈਨੇ ਹੋ ਤੇ ਇਹ ਕੋਈ ਪਾਪ ਨਹੀਂ ਆਏਗਾ ਫਿਰ ਜਦੋਂ ਤੁਸੀਂ ਕੋਠੀਆਂ ਕਾਰਾ ਜ਼ਮੀਨਾਂ ਦੇ ਕੇ ਰਿਸ਼ਤੇ ਕਰਦੇ ਹੋ ਫਿਰ ਜੇ ਉਹਥੋਂ ਤੋਂ ਦਾਜ ਮੰਗ ਲਵੇ ਉਹ ਕਿਉਂ ਪਾਪ ਹੋ ਗਿਆ ਇੰਨੇ 도ਗਲੇ ਬਣਦੇ ਹੋ ਤੁਸੀਂ ਤੇ ਜਿਹੜੇ ਆਮ ਘਰਾ ਦੇ ਸਾਡੇ ਵਰਗੇ ਗਰੀਬ ਮੁੰਡੇ ਨੇ ਬਹੁਤ ਨੇ ਯਾਰ ਨਸ਼ੇ ਕੋਈ ਨਹੀਂ ਕਰ ਦੇਣਗੇ ਅਸੀਂ ਕਹਿੰਦੇ ਅਸੀਂ ਚੁੰਨੀ ਚੜਾ ਕੇ ਕੁੜੀ ਲਿਆਉਣ ਨੂੰ ਤਿਆਰ ਆ ਪਰ ਇੱਥੇ ਸਮਾਜ ਕੀ ਕਰਦਾ ਨਾ ਕਰ ਦਿੰਦੇ ਨੇ ਉਹ ਤੋਂ ਬਾਅਦ ਜਿਹੜੀਆਂ ਕੁੜੀਆਂ ਨੇ ਉਹ ਉਹ ਕੀ ਕਰਦੀਆਂ ਨੇ ਮੁੰਡਾ ਸਾਨੂੰ ਬਾਹਰ ਲਈ ਚਾਹੀਦਾ ਪਰਿਵਾਰ ਵੀ ਐਉਂ ਕਰਦੇ ਨੇ ਨਾ ਜੀ ਨਾ ਅਸੀਂ ਨਹੀਂ ਇੱਥੇ ਨਹੀਂ ਰੱਖਣੀ ਅਸੀਂ ਤਾਂ ਬਾਹਰਲੇ ਰਿਸ਼ਤੇ ਲੱਭਣੇ ਆ ਬਾਹਰ ਵਾਲਾ ਲੱਭੋ ਕੋਈ ਸਾਡੇ ਵਰਗਿਆਂ ਦੇ ਤਾਂ ਇਹ ਨਕਾਰ ਦਿੰਦੇ ਨੇ ਤੇ ਜ਼ਮੀਨਾਂ ਵਾਲਿਆਂ ਨਾਲ ਵੀ ਬਹੁਤ ਤਕਾਉਂਦਾ ਜ਼ਮੀਨਾਂ ਵਾਲਿਆਂ ਉਹਨਾਂ ਦੇ ਵੀ ਵਿਚਾਰੇ ਤੇ ਰਿਸ਼ਤੇ ਨਹੀਂ ਹੁੰਦੇਗੇ ਅੱਜ ਤੱਕ ਸਾਰੀ ਕੁੜੀਆਂ ਕਹਿੰਦੀਆਂ ਬਾਹਰ ਜਾਣਾ ਸੀ ਬਾਹਰ ਦਾ ਲੱਭੋ